कपूरथला की सेंट्रल जेल में एनडीपीएस मामले में बंद एक कैदी की मौत का मामला सामने आया। जानकारी के अनुसार एनडीपीएस के मामले में सेंट्रल जेल में बंद जग्गू शाह नाम के एक व्यक्ति की मौत हो गई। बता दें कि ये अनेक विभिन्न बीमारियों से ग्रसित बताया जा रहा था और उसका इलाज जेल अस्पताल में चल रहा था, पर सुबह अचानक उसकी तबीयत बिगड़ने के कारण उसे सिविल अस्पताल कपूरथला ले जाया गया, जहां पहुंचने पर डॉक्टर ने उसे मृत घोषित कर दिया, जिसके शव को पोस्टमार्टम के लिए मोर्चरी में रखवाया गया है और थाना कोतवाली की ओर से कार्रवाई लगातार की जा रही है। वहीं मृतक के परिवार के अनुसार उन्हें कल बताया गया था कि कुलदीप को अमृतसर इलाज के लिए ले जाया जा रहा है और वो वहां ले जाने की जगह उसे जेल में वापस भेज दिया गया, जिसके बाद आज उसकी मौत की खबर सामने आई। पीड़ित परिवार ने मीडिया के आगे इंसाफ की गुहार सरकार से लगाई है। मुलाजम ने कहते अमृतसर लैके आ गए, अमृतसर लैके ने बाद में फोन किया 7 बजे कहते असि जेल छड के आए। इन्होंने ये झूठ बोला मेरी मां नूं, मम्मी है गए सी, मैं नहीं है गई, मैं 12 बजे तक है गई सी इत्थे। ਇੰਨੀ ਗੱਲ ਹੋਈ ਬਸ, ਚੰਗਾ ਭਲਾ ਹੈਗਾ ਸਾਡਾ, ਅੱਜ ਉਹ ਮੁੱਕ ਗਿਆ। ਤੇ ਕਿਹੜੇ ਕੇਸ ਦੇ ਚੰਦਰ ਸੀਗਾ ਕੇਸ? ਮੈਨੂੰ ਤਾਂ ਮੈਂ ਅੰਮ੍ਰਿਤਸਰ ਰਹਿੰਦੀ ਹਾਂ, ਮੇਰੇ ਕੋਲ ਉੱਧਰ ਗੁਰੂ ਨਾਨਕ 'ਚ ਆਇਆ ਉਦੋਂ ਵੀ ਮੈਂ ਸਿੱਥੇ ਸਾਮਿਆ, ਇੱਧਰ ਮੈਂ ਕੱਲ੍ਹ ਸਾਮ ਕੇ ਗਈ 2 ਵਜੇ ਤੱਕ, ਅਤੇ ਮੰਮੀ ਹੈਗੇ ਸੀ 3:30 ਵਜੇ ਰੈਫਰ ਕੀਤਾ ਸੀ, ਕਹਿੰਦੇ ਅੰਮ੍ਰਿਤਸਰ, ਅਤੇ ਲੈ ਕੇ ਗਏ ਨੇ ਅੰਮ੍ਰਿਤਸਰ, ਲੈ ਕੇ ਗਏ ਜੇਲ੍ਹ। ਕਦੋਂ ਦਾ ਜੇਲ੍ਹ ਦੇ ਵਿੱਚ ਸੀਗਾ? ਜੇਲ੍ਹ 8-9 ਮਹੀਨੇ ਹੋ ਗਏ ਇਹਨੂੰ। ਅਤੇ ਕੀ ਬਿਮਾਰ ਚੱਲ ਰਿਹਾ ਸੀ ਜੇਲ੍ਹ ਦੇ ਵਿੱਚ? ਹਾਂਜੀ, ਬਿਮਾਰ ਹੈਗਾ ਜੀ, ਬੈਟਰੀ ਨਹੀਂ ਰੁਕ ਰਹੀ ਸੀ। ਹੁਣ ਕੀ ਮੰਗ ਕਰਦੇ? ਅਸੀਂ ਤਾਂ ਮੰਗਦੇ ਸਾਫ਼ ਚਾਹੀਦਾ ਵੀ ਸਾਡਾ ਚੰਗਾ ਭਲਾ ਹੈਗਾ ਸੀ, ਮਰਿਆ ਕਿੱਦਾਂ ਇਹ ਦੱਸੋ ਸਾਨੂੰ, ਡੈਥ ਕਿੱਦਾਂ ਇਹ ਦੱਸੋ, ਬਸ ਇੰਨੀ ਸਾਨੂੰ ਦੱਸ ਦਿਓ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹਦੀ ਡੈਥ ਹੋ ਚੁੱਕੀ? ਮੈਨੂੰ ਤਾਂ ਮੰਮੀ ਨੇ ਫੋਨ ਕੀਤਾ ਸਵੇਰੇ, ਕੱਲ੍ਹ ਚੰਗਾ ਭਲਾ ਹੈਗਾ ਸੀ ਭਾਅ ਜੀ, ਉਹ ਬਿਲਕੁਲ ਠੀਕ ਸੀ, ਖਿਚੜੀ ਖਵਾ ਕੇ ਗਈ ਹਾਂ ਮੈਂ 2 ਵਜੇ ਤੱਕ, 3:30 ਵਜੇ ਰੈਫਰ ਕੀਤਾ ਕਹਿੰਦੇ ਅੰਮ੍ਰਿਤਸਰ, ਪਰ ਆਇਆ ਨਹੀਂ ਅੰਮ੍ਰਿਤਸਰ। ਝੂਠ ਕੀ ਬੋਲਿਆ ਮੁਲਾਜ਼ਮਾਂ ਨੇ ਮੇਰੀ ਮਾਂ ਨੂੰ, ਝੂਠ ਬੋਲਤਾ ਉਹਦੇ। ਕੀ ਝੂਠ ਬੋਲਿਆ? ਵੀ ਅਸੀਂ ਅੰਮ੍ਰਿਤਸਰ ਭੇਜਣ ਲੱਗੇ, ਮੁਲਾਜ਼ਮ ਨਾਲ ਮੇਰੀ ਗੱਲ ਹੋਈ। ਅੰਮ੍ਰਿਤਸਰ ਹਸਪੀਟਲ ਭੇਜਣ ਲੱਗੇ? ਹਾਂਜੀ, ਹਸਪੀਟਲ ਗੁਰੂ ਨਾਨਕ ਦਾ ਨਾਮ ਲਿੱਤਾ ਮੁਲਾਜ਼ਮ ਨੇ, ਨੰਬਰ ਵੀ ਹੈਗਾ ਮੇਰੇ ਕੋਲ ਦੋਨਾਂ ਦੇ। ਇਹਨਾਂ ਦੇ ਭੇਜਿਆ ਨਹੀਂ ਗਿਆ? ਭੇਜਿਆ ਨਹੀਂ, 7 ਵਜੇ ਮੈਂ ਫੋਨ ਕੀਤਾ ਕਹਿੰਦੇ ਅਸੀਂ ਤਾਂ ਜੇਲ੍ਹ ਛੱਡ ਕੇ ਆ ਗਏ ਉਹਨੂੰ, ਇਹ ਗੱਲ ਹੋਈ ਹੈ ਬਸ। ਉਹ ਚੰਗਾ ਭਲਾ ਹੈਗਾ ਸੀ, ਇਹਨਾਂ ਨੂੰ ਪੁੱਛੋ ਵੀ ਕਿੱਦਾਂ ਕੀ ਕੀਤਾ ਇਹਨਾਂ ਨੇ। ਤੁਹਾਡਾ ਕੀ ਲੱਗਦਾ ਸੀ? ਮੁੰਡਾ। ਠੀਕ ਆ, ਕੀ ਗੱਲ ਹੋਈ ਸੀਗੀ ਤੇ ਕਿਹੜੇ ਕੇਸ 'ਚ ਅੰਦਰ ਸੀਗਾ ਤੇ ਕਦੋਂ ਅੰਦਰ ਸੀਗਾ? ਬਾਜੀ ਉਹ ਡਰਾਈਵਰ ਦਾ ਖਾਓ ਪੀਓ ਥਾ, ਉਹ ਤਾਂ ਆਪਣੀ ਤਨਖਾਹ ਵਧਾ ਰਿਹਾ ਥਾ, ਉਹ ਮਾਲਕ ਨੇ ਵੀ ਜੇਲ੍ਹ ਮਾਈ ਹੈ, ਮਾਲਕ ਕੀ ਗੱਡੀ ਚਲਾਵਾ ਥਾ, ਮਾਲਕ ਗੇਲਿਆ ਗੱਡੀ ਵਧਾ ਥਾ। ਕਿਹੜੇ ਕਿਹੜੇ ਕੇਸ 'ਚ? ਉਹ ਮਾਲਕ ਨੇ ਮੇਰਾ ਮੰਨਣਾ ਨਹੀਂ ਮੇਰਾ, ਇਹਨਾਂ ਨੂੰ ਨਹੀਂ ਪਤਾ। ਮੈਂ ਤਾਂ ਮਾਂ ਸੀ, ਘਰਾਂ ਸੀ, ਉਹ ਤਾਂ ਆਪਣੀ ਤਨਖਾਹ ਵਧਾਉਂਦਾ ਸੀ, ਮਾਲਕ ਦਾ ਕੋਈ ਮਤਲਬ ਨਹੀਂ। ਅੱਛਾ, ਅੱਛਾ, ਫਿਰ ਇਹਨਾਂ ਨੂੰ ਪਤਾ ਹੈਗਾ? ਉਹਨਾਂ ਨੂੰ ਪਤਾ ਸੀ, ਮੈਨੂੰ ਨਹੀਂ ਪਤਾ। ਬਾਬੂ ਜੀ ਕਦੋਂ ਦਾ ਜੇਲ੍ਹ ਦੇ ਵਿੱਚ ਸੀਗਾ? ਜੇਲ੍ਹ ਤਾਂ 6 ਮਹੀਨੇ ਸਾਰੇ, 7-8-9 ਮਹੀਨੇ ਹੋਏ ਗਏ ਨੂੰ, ਬਾਕੀ ਦਿਨ ਨਹੀਂ ਸੀ, ਬਾਕੀ ਦਿਨ ਤਾਂ ਇਸਕੀ 4 ਸਾਲ ਹੋ ਗਏ ਤਾਂ ਕੇਸ ਚੱਲਦੇ ਨੇ। ਉਸ ਦਿਨ ਭਰੀ ਹੋਣ ਲੱਗਿਆ ਜਦ ਨਾ 30,000 ਮੰਗ ਲਈਏ, ਤਾਂ ਮੇਰੇ ਤੋਂ ਪੱਗੇ ਨਹੀਂ, ਮੈਂ ਤਾਂ ਕਾਗਜ਼ ਕਬਾੜਾ ਚੁੱਕਾ, ਰਾਂਡ ਜਨਾਨੀ ਮੈਂ ਕਿੱਥੋਂ ਲਿਆਵਾਂ ਇੰਨੇ ਪੈਸੇ? ਰਾਂਡ ਜਨਾਨੀ ਕਿੱਥੇ ਲਿਆਓਗੀ? ਜਿਹੜੀ ਮੌਤ ਹੋਈ ਆ, ਕੀ ਕਾਰਨ ਆ ਜਿਹੜਾ ਮੌਤ ਹੋਈ ਆ? ਇਹ ਮੌਤ ਹੋਈ ਆ ਤਾਂ ਇਹਨੇ ਪੁੱਛੋ ਕੱਲ ਕਹਿੰਦੇ ਬਈ ਅੰਮ੍ਰਿਤਸਰ ਲੈ ਕੇ ਚੱਲੇ, ਠੀਕ ਸੀ, ਮੈਂ ਸਾਰੀ ਦਿਹਾੜੀ ਇੱਥੇ ਰਹਿੰਦੀ ਤੀ ਆਪਣੇ ਮੁੰਡੇ ਕੋਲ। ਇਹ ਕੀ ਬਿਮਾਰ ਚੱਲਦਾ ਪਿਆ ਸੀ? ਬਿਮਾਰ ਇਹਨਾਂ ਨੂੰ ਜੇਲ੍ਹ ਇੱਥੇ ਤਾਂ ਸਹੀ ਲੈ ਗਏ ਸੀ, ਮੈਨੂੰ ਨਹੀਂ ਪਤਾ ਉੱਥੇ ਜੇਲ੍ਹ ਕੀ ਕਰਿਆ, ਕੀ ਨਹੀਂ, ਕੀ ਮਾਰਿਆ ਕੀ ਨਹੀਂ, ਇੱਥੇ ਵੀ ਸਹੀ ਲੈ ਗਏ ਸੀ ਹਸਪਤਾਲ ਤੱਕ। ਅੰਮ੍ਰਿਤਸਰ ਕਾਕਾ ਜੇਲ੍ਹ ਮੈਂ ਤਾਂ ਲੈ ਗਏ ਤੇ ਕੱਲ੍ਹ, ਮੈਂ ਗੇਲਾ ਜਾਣ ਲੱਗੀ, ਗੇਲਾ ਕਰਨ ਲੱਗੇ, ਤੁਸੀਂ ਨਹੀਂ ਜਾਣਾ, ਪਹਿਲਾਂ ਤਾਂ ਕਹਿੰਦੇ ਜੀ ਜਾਣਾ ਮਾਤਾ, ਜਾਣਾ ਹੈਗਾ ਤੁਹਾਨੂੰ, ਫਿਰ ਕਹਿ ਲੱਗੀ ਨਹੀਂ ਮਾਤਾ ਤੁਸੀਂ ਇੱਥੇ ਰਹੋ, ਅਸੀਂ ਆਪੇ ਚੱਲੇ ਲੈ ਕੋ। ਫਿਰ ਕੀ ਗੱਲ ਹੋਈ? ਫਿਰ ਕੀ ਗੱਲ ਹੋਈ, ਮੈਨੂੰ ਕੀ ਪਤਾ ਫਿਰ ਜੇਲ੍ਹ ਮੈਂ ਕਿੱਦਾਂ ਗੇਰਾ, ਮੈਂ ਜੇਲ੍ਹ ਮੈਂ ਥੋੜ੍ਹੀ ਨਾਲ ਲੈ ਗਏ ਮੈਨੂੰ, ਮੇਰਾ ਮੁੰਡਾ ਮਾਰ ਕਿੱਥੇ ਗੇਰ ਜਾ, ਮੈਂ ਕਿਹਦੀ ਮਾਂ ਤਲੇ ਲੱਗੂ, ਮੇਰੇ ਕਹਿੰਦਾ ਘਰ ਵਾਲਾ ਹੈਗਾ, ਕੁੜ ਕਮਾਈ ਖਵਾਊਗਾ ਮੈਨੂੰ, ਕੂੜਾ ਕਬਾੜਾ ਚੁੱਕਾ ਗੁਜ਼ਾਰਾ ਕਰਦੀ ਮੈਂ। ਕੀ ਨਾਮ ਆਪਣਾ? ਮੁਕੇਸ਼ ਕੁਮਾਰ। ਠੀਕ ਆ, ਕੀ ਗੱਲ ਹੋਈ? ਇਹ ਭਾਅ ਜੀ ਇਹਨੂੰ ਤਾਂ ਤਰੀਕ ਮਿਸ ਹੋਈ ਸੀਗੀ ਇਹਦੀ, ਅਤੇ ਇਹਨੇ 8-9 ਮਹੀਨੇ ਹੋ ਗਏ। ਗੱਲ ਤਾਂ ਸੁਣੋ, ਡਰਾਈਵਰ ਬੰਦਾ ਵਾ, ਕਦੀ ਰਾਜਸਥਾਨ ਚੱਲ ਜਾਂਦਾ ਸੀ, ਕਦੀ ਦਿੱਲੀ, ਕਦੀ ਹਰਿਆਣੇ ਚੱਲ ਜਾਂਦਾ ਸੀ ਗੱਡੀ ਲੈ ਕੇ। ਉਹ ਜਦੋਂ ਤਰੀਕ ਤੋਂ ਮਿਸ ਹੋ ਗਈ ਤਾਂ ਇਹ ਆਇਆ ਤਾਂ ਤਰੀਕ 'ਤੇ ਪਹੁੰਚਿਆ, ਅਤੇ ਜੱਜ ਨੇ ਉਹਨੇ 3 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਕਿਹੜੇ ਕੇਸ 'ਚ ਸੀਗਾ ਇਹ? ਇਹਨਾਂ ਦਾ ਕੇਸ ਚੱਲਦਾ ਸੀ ਪਹਿਲੇ ਕੋਈ, ਭੁੱਕੀ ਦਾ ਕੇਸ ਸੀਗਾ ਥੋੜ੍ਹਾ ਜਿਹਾ, ਉਹ ਤਾਂ ਕੇਸ ਚੱਲਣ ਡਿਆ ਸੀ, ਅਤੇ ਇਹ ਮਿਸ ਹੋ ਗਈ ਤਰੀਕ, ਤਰੀਕ 'ਤੇ ਅਤੇ 3 ਸਾਲ ਦੀ ਸਜ਼ਾ ਸੁਣਾ ਦਿੱਤੀ ਉਹਨਾਂ ਨੇ। ਇਹ 7-8 ਮਹੀਨੇ ਹੋ ਗਏ ਸੀ ਜੇਲ੍ਹ 'ਚ ਇਹਨੂੰ ਗਏ। ਹੁਣ ਕੀ ਗੱਲ ਹੋਈ ਹੈ ਕਿ ਜਿਹੜੀ ਉਹਦੀ ਮੌਤ ਹੋਈ? ਹੁਣ ਬਿਮਾਰ ਸੀਗਾ ਜੀ, ਠੀਕ ਹੈ ਜੀ, ਅਤੇ ਹੁਣ ਬਿਮਾਰ ਪਹਿਲੇ ਇੱਥੇ ਰੱਖਿਆ, ਅੰਮ੍ਰਿਤਸਰ ਲੈ ਕੇ ਗਏ, ਅੰਮ੍ਰਿਤਸਰੋਂ ਲਿਆ ਕੇ ਆਏ, ਅਤੇ 20-25 ਦਿਨ ਉੱਥੇ ਅੰਮ੍ਰਿਤਸਰ ਰਹੇ ਆ, ਠੀਕ ਹੈ ਜੀ,
अमृतसर रहे तो फिर उतों फिर जेल ले लै गए, जेल तो फिर इतों लैके आए, इतने रखा चार पाँच दिन। कल शामी चंगा भला सीगा मेरा भरा अमृतसर, चंगा भला सीगा मेरा भरा। वो पुलिस वाले मुलाजम सीगे जेडे, वो कहिंदे वी असीं अमृतसर लैके जाणा इन्हां नूं, वो अमृतसर लैके नहीं गए, वो जेले लै गए इन्हूं सीधा ही बस। हाँ जी जेल चाहे कुलदीप उर्फ इन छोटा ना जी ना गोपी राम का बेटा है। जग्गू साडा डेरा इतने कपूरथले का है। ये अरसा करीब 8 महीने तो किसी नशीले केस के अंदर सी जेल के दौराने इलाज इतने 7-8 दिन पहला कोई इलाज यदा चलता रहा, हूँ भी दौराने इलाज यदि मौत हो गई है। जिते मैं पुजा इन घर वाले आए पे आ, इन्होंने घर वाले बयान मुताबिक जो कार्रवाई करके लिख के प्यार कार्रवाई का अमृत ली जाएगी। इन्होंने घर का अंजाम यह है कि पुलिस वालों सू दसा नहीं गया कि जी इन्होंने मुंडे की जी कैदी की जी इन की इंटीमेन जेल वाल देनी है, वो उन्होंने जेल वाले दी पहला जेल वाले कर्मचारियों दी। कदों का जेल सेगा? जेल च तो अर्सा 8 महीने हो गए किस केस के बंद सी जी। तो की गल हुई है कि बीमार रहा सी कि इस बारे तो डॉक्टर ही पुष्टि कर सकते कि बीमार थी, तो जो इलाज चलता ही इलाज किस बीमारी का चलता होगा जरूर। तो किन्ने को जी मौत हुई है जरा? ये अज सवेरे सुबह की गल है, सवेरे सुबह की गल। अमृतसर भी लैके जा रहे इस बारे मैं नहीं। ऐसी सभी और खबरों के लिए लाइक कीजिए हमारा फेसबुक का ये पेज और यूट्यूब पर सब्सक्राइब कीजिए हमारा पेज और देखते रहिए पंजाब केसरी।